ਮੈਂ ਅਮਰੀਕ ਸਿੰਘ ਨੰਬਰਦਾਰ ਹਾਂ ਇਸ ਪਿੰਡ ਦਾ ਹਰਿਆਲ ਕੋਟੇ ਦਾ। ਇੱਥੇ ਕੋਈ ਫਾਇਦਾ ਨਹੀਂ ਹੈ ਜੀ ਗਰੀਬਾਂ ਨੂੰ, ਨੁਕਸਾਨ ਹੋ ਰਿਹਾ ਹੈ। ਜੇ ਲਾਈਟ ਛੱਡਦੇ ਆ ਜਿਹੜੇ ਬਸਤੀ ਵਾਲੇ ਆ ਉਹ ਬਹੁਤ ਪਰੇਸ਼ਾਨ ਹੁੰਦੇ ਆ। ਜਦੋਂ ਲਾਈਟ ਛੱਡਦੇ ਫੁੱਲ ਕਰਦੇ ਚਰ ਚਰ ਕਰਦੇ, ਰਾਤ ਕੋਈ ਸੌਣਾ ਨਹੀਂ ਮਿਲਦਾ ਹੈ ਅਤੇ ਦਿਨ ਧੂੰਆਂ ਡਿੱਗਦਾ ਹੈ, ਸਾਰੀ ਰਾਤ ਧੂੰਆਂ ਡਿੱਗਦਾ ਰਹਿੰਦਾ ਹੈ। ਪਸ਼ੂਆਂ ਕੋਲ ਬਹੁਤ ਪ੍ਰੋਬਲਮ ਰਹਿੰਦੀ ਹੈ ਜੀ, ਧੂੰਆਂ ਨੱਕ ਕਾਲੇ ਹੋ ਜਾਂਦੇ ਆ, ਦਮੇ ਦੀ ਬਿਮਾਰੀ ਹੁੰਦੀ ਹੈ, ਮੁਸ਼ਕ ਮਾਰਦੀ ਹੈ ਜਦੋਂ ਕੋਲਾ ਪਾਤੇ ਹੈ। ਇਤਨੀ ਪ੍ਰੋਬਲਮ ਹੈ ਜੀ, ਬਹੁਤ ਜ਼ਿਆਦਾ ਪ੍ਰੋਬਲਮ ਹੈ। ਇਹ ਮੇਰਾ ਰੂਮ ਹੈ, ਮੇਰੇ ਕੋਲ ਬਹੁਤ ਤਕਲੀਫ ਹੈ, ਠੀਕ ਹੈ ਜੀ। ਅਤੇ ਗਾਂਵ 'ਚ ਕੋਈ ਦਿਹਾੜੀ ਨਹੀਂ ਮਿਲਦੀ ਹੈ। ਜੇ ਕੋਈ ਦਿਹਾੜੀ 'ਤੇ ਫਾਰਮ ਭਰ ਜਾਂਦਾ ਹੈ, ਜਿਹੜੇ ਵੱਡੇ ਆਦਮੀ ਆ ਉਹ ਕਹਿੰਦੇ ਤੁਹਾਨੂੰ ਕੰਪਨੀ ਫਿੱਟ ਕਰਾਵਾਂਗੇ, 1000 ਰੁਪਇਆ ਦਿਓ, 1500 ਰੁਪਇਆ ਦਿਓ, ਐਸਾ ਬੋਲਤੇ ਹੈ ਜੀ। ਹੈ ਨਹੀਂ ਬਾਤ।